ਸਤਿ ਸ਼੍ਰੀ ਅਕਾਲ ਦੋਸਤੋ, ਸਾਡਾ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹਾਜ਼ਰ ਹੋਇਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਲੈ ਕੇ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਠੰਡ ਵਧਣ ਦੀ ਚੇਤਾਵਨੀ। ਪੰਜਾਬ ਵਿੱਚ ਲਗਾਤਾਰ ਮੌਸਮ ਦਾ ਮਿਜਾਜ ਬਦਲਿਆ ਜਾ ਰਿਹਾ। ਲੋਹੜੀ ਲੰਘਣ ਦੇ ਬਾਵਜੂਦ ਵੀ ਠੰਡ ਤੋਂ ਲੋਕਾਂ ਨੂੰ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਆਉਂਦੇ 2 ਜਾਂ 3 ਦਿਨ ਤੱਕ ਪੰਜਾਬ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਫਿਲਹਾਲ ਆਉਂਦੇ ਦਿਨਾਂ ਵਿੱਚ ਠੰਡ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ। ਇਸ ਤੋਂ ਇਲਾਵਾ ਧੁੰਦ ਵੀ ਪਏਗੀ। BJP 'ਚ ਜਾਣ ਦੀਆਂ ਅਫਵਾਹਾਂ ਗਲਤ, ਮੈਂ TMC ਦੇ ਨਾਲ ਸ਼ਤਾਬਦੀ ਰਾਏ। TMC ਦੀ ਸੰਸਦ ਮੈਂਬਰ ਸ਼ਤਾਬਦੀ ਰਾਏ ਨੇ ਕਿਹਾ ਕਿ ਉਹਨਾਂ ਦੀ TMC ਛੱਡਣ ਅਤੇ BJP ਜਾਣ ਦੀਆਂ ਅਫਵਾਹਾਂ ਬਿਲਕੁਲ ਗਲਤ ਹਨ। ਉਹ TMC ਵਿੱਚ ਹਨ ਅਤੇ ਇਸ ਪਾਰਟੀ ਵਿੱਚ ਹੀ ਰਹਿਣਗੇ। ਸ਼ਤਾਬਦੀ ਰਾਏ ਦਾ ਬਿਆਨ ਮਮਤਾ ਬੈਨਰਜੀ ਦੇ ਭਤੀਜੇ ਅਭਿਕੇਸ਼ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਆਇਆ। ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ, ਯਾਤਰੀਆਂ 'ਤੇ ਲਗਾਇਆ ਬੈਨ। ਚੀਨ ਨੇ ਕਾਫ਼ੀ ਲੰਬੇ ਸਮੇਂ ਤੋਂ ਪਾਕਿਸਤਾਨ ਆਪਣਾ ਕਰੀਬੀ ਦੋਸਤ ਮੰਨਦਾ ਰਿਹਾ ਹੈ। ਜਦ ਵੀ ਪਾਕਿਸਤਾਨ ਕਿਸੇ ਆਰਥਿਕ ਸੰਕਟ ਵਿੱਚ ਫਸਦਾ ਹੈ ਤਾਂ ਉਸ ਨੂੰ ਬਾਹਰ ਕੱਢਣ ਵਾਲਾ ਦੇਸ਼ ਚੀਨ ਹੀ ਹੁੰਦਾ ਹੈ। ਪਰ ਇਸ ਵਾਰ ਕੋਰੋਨਾ ਸੰਕਟ ਵਿੱਚ ਚੀਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਚੀਨ ਨੇ 10 ਪਾਕਿਸਤਾਨੀ ਮੁਸਾਫਰਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਪਿੱਛੋਂ ਪਾਕਿਸਤਾਨੀ ਮੁਸਾਫਰਾਂ 'ਤੇ ਆਰਜ਼ੀ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਕੁਝ ਸਮੇਂ ਤੱਕ ਪਾਕਿਸਤਾਨੀ ਮੁਸਾਫਰ ਚੀਨ ਦੀ ਯਾਤਰਾ ਨਹੀਂ ਕਰ ਸਕਣਗੇ। ਇੱਕ ਨਿਊਜ਼ ਚੈਨਲ ਮੁਤਾਬਕ ਚੀਨ ਨੇ 3 ਹਫ਼ਤਿਆਂ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਉਡਾਣਾਂ ਉੱਤੇ ਵੀ ਰੋਕ ਲਗਾ ਦਿੱਤੀ ਹੈ। ਜੋ ਬਾਈਡਨ ਨੇ 138 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਜੋ ਬਾਈਡਨ ਨੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣੀ ਹੈ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਸਭ ਤੋਂ ਅਹਿਮ ਚੋਣ ਵਾਅਦਾ ਨਿਭਾਉਣ ਦਾ ਐਲਾਨ ਕੀਤਾ। ਕੋਰੋਨਾ ਕਾਰਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਈ ਅਮਰੀਕੀ ਅਰਥ ਵਿਵਸਥਾ ਨੂੰ ਪਰੜੀ 'ਤੇ ਲਿਆਉਣ ਲਈ $1.9 ਟ੍ਰਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਨੂੰ ਕਾਂਗਰਸ ਦੇ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਕਰਾਉਣਾ ਹੋਵੇਗਾ। ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਦੇ ਖਾਤੇ ਵਿੱਚ $1400, ਮਤਲਬ ਕਰੀਬ 1 ਲੱਖ ਰੁਪਏ ਆਉਣਗੇ। ਇਸ ਤੋਂ ਇਲਾਵਾ ਬਾਈਡਨ ਨੇ ਪੈਕੇਜ ਵਿੱਚ ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਗਈ ਹੈ। ਇਸ ਪੈਕੇਜ ਨੂੰ ਅਮਰੀਕਨ ਰੈਕਸਿਊ ਪਲਾਨ ਦਾ ਨਾਂ ਦਿੱਤਾ ਗਿਆ। ਜੋ ਬਾਈਡਨ ਦੇ ਪੈਕੇਜ ਜਿਸ ਤਰ੍ਹਾਂ ਨਾਲ ਫੰਡ ਦਾ ਬਟਵਾਰਾ ਕੀਤਾ ਗਿਆ ਹੈ, ਉਸ ਤੋਂ ਸਾਫ਼ ਹੁੰਦਾ ਹੈ ਕਿ ਕਾਰੋਬਾਰ, ਸਿੱਖਿਆ ਅਤੇ ਹਰ ਅਮਰੀਕੀ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਅਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਬਾਲ ਕਲਿਆਣ ਭੁਗਤਾਨਾਂ ਦੀ ਜਾਂਚ ਨਾਲ ਜੁੜੇ ਇੱਕ ਘੁਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦੇ ਹੋਏ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਜਾਂਚ 'ਚ ਪਤਾ ਚੱਲਿਆ ਕਿ ਇਸ ਘਪਲੇ 'ਚ ਮਾਪਿਆਂ 'ਤੇ ਗਲਤ ਤਰੀਕੇ ਨਾਲ ਧੋਖਾਧੜੀ ਦਾ ਦੋਸ਼ ਲਗਾਇਆ ਗਿਆ। ਟੈਲੀਵਿਜ਼ਨ 'ਤੇ ਦੇਸ਼ ਨੂੰ ਸੰਬੋਧਨ ਭਾਸ਼ਣ 'ਚ ਰੂਟੇ ਨੇ ਕਿਹਾ ਕਿ ਉਹਨਾਂ ਨੇ ਆਪਣੇ ਫੈਸਲੇ ਦੇ ਬਾਰੇ 'ਚ ਨੀਦਰਲੈਂਡ ਦੇ ਸਮਾਰਟ ਬਿਲੀਅਨ ਅਲੈਗਜ਼ੈਂਡਰ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਪ੍ਰਭਾਵਿਤ ਮਾਤਾ ਪਿਤਾ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਣ ਅਤੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ। ਭਾਜਪਾ ਕੋਰੋਨਾ ਤੋਂ ਵੀ ਖਤਰਨਾਕ, ਨੁਸਰਤ ਜਹਾਂ। ਪੱਛਮ ਬੰਗਾਲ 'ਚ ਤ੍ਰਿਮੂਲ ਕਾਂਗਰਸ ਦੀ ਨੇਤਾ ਅਤੇ ਬਸ਼ੀਰਹਾਟ ਤੋਂ ਸੰਸਦ ਨੁਸਰਤ ਜਹਾਂ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ। TMC ਸੰਸਦ ਨੁਸਰਤ ਜਹਾਂ ਨੇ ਭਾਜਪਾ ਨੂੰ ਕੋਰੋਨਾ ਵਾਇਰਸ ਤੋਂ ਵੀ ਖਤਰਨਾਕ ਦੱਸਿਆ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਹਿੰਦੂ ਮੁਸਲਮਾਨਾਂ ਵਿਚਾਲੇ ਦੰਗਾ ਕਰਵਾਉਂਦੀ ਹੈ। ਜੇਕਰ ਭਾਜਪਾ ਸੱਤਾ 'ਚ ਆਈ ਤਾਂ ਮੁਸਲਿਮ ਭਾਈਚਾਰੇ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਨੁਸਰਤ ਜਹਾਂ ਨੇ ਪੱਛਮੀ ਬੰਗਾਲ ਦੇ ਉੱਤਰ 24 ਪਰਗਣਾ ਦੇ ਮੁਸਲਿਮ ਇਲਾਕੇ ਦੇ ਗੰਗਾ 'ਚ ਚੋਣ ਪ੍ਰਚਾਰ ਦੌਰਾਨ ਇਹ ਗੱਲਾਂ ਕਹੀਆਂ। ਨੁਸਰਤ ਜਹਾਂ ਨੇ ਕਿਹਾ ਕਿ ਤੁਸੀਂ ਆਪਣੀ ਅੱਖਾਂ ਖੋਲ੍ਹ ਕੇ ਰੱਖੋ, ਭਾਜਪਾ ਵਰਗਾ ਖਤਰਨਾਕ ਵਾਇਰਸ ਘੁੰਮ ਰਿਹਾ ਹੈ। ਦੋਸਤੋ, ਇਹ ਸਨ ਦਿਨ ਭਰ ਦੀਆਂ ਵੱਡੀਆਂ ਖਬਰਾਂ। ਜਲਦੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।